ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮਹਾ ਬਰੂਨ ਕੌਮਾਨ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਨਰਿੰਦਰ ਸਿੰਘ ਸੱਤੀ ਜੀ ਕਰਦੇ ਆ ਉਹਨਾਂ ਦੇ ਨਾਲ ਖਬਰਾਂ ਦੇ ਉੱਤੇ ਚਰਚਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਸਿਆਸਤ ਭਖੀ ਪਈ ਹੈ ਇੱਕ ਵੋਟਾਂ ਸਿਰ ਤੇ ਹੈ ਉੱਤੋਂ ਦੀ ਲੜਾਈ ਨਹੀਂ ਮੁੱਕਦੀ ਆ ਹੈ ਉਹ ਹੈ ਕਿੰਨੀਆਂ ਸਾਰੀਆਂ ਦਿੱਕਤਾਂ ਕਾਂਗਰਸ ਦੇ ਵਿੱਚ ਜਿਹੜੀ ਕਾਟੋ ਕਲੇਸ਼ ਦੇ ਨਾਮ ਦੇ ਨਾਲ ਮਖਬੂਲ ਲੜਾਈ ਹੋਈ ਹੈ ਤੇ ਹੁਣ ਕੈਪਟਨ ਅਮਨਿੰਦਰ ਸਿੰਘ ਹੁਣਾਂ ਦਾ ਬਿਆਨ ਆ ਚੁੱਕਿਆ ਕਿ ਮੈਂ ਹੀ 2022 ਦੀ ਅਗਵਾਈ ਕਰਨੀ ਆ ਬਾਕੀ ਸਾਰੀਆਂ ਖਬਰਾਂ ਝੂਠੀਆਂ ਜੀ ਅ ਬਰਨਕਾਰ ਜੀ ਜਿਹੜੀ ਸਿਆਸਤਦਾਨ ਹੈ ਨਾ ਜੀ ਚੋਣਾ ਦੇ ਨੇੜੇ ਜਿਵੇਂ ਫਸਲੀ ਬਟੇਰੇ ਹੁੰਦੇ ਹਨ ਨਾ ਬਟੇਰੇ ਤਿੱਤਰ ਕਦੋਂ ਹੁੰਦੇ ਆ ਜਦੋਂ ਕਣਕਾਂ ਆਉਂਦੀਆਂ ਕਣਕਾਂ ਵੱਡ ਹੋ ਜਾਂਦੀਆਂ ਤੇ ਤਿੱਤਰ ਬਟੇਰੇ ਉੱਡ ਜਾਂਦੇ ਆ ਪਤਾ ਨਹੀਂ ਕਿੱਧਰ ਜਾ ਕੇ ਆਪਣੇ ਘਰਨੇ ਜਾਂ ਆਲਣੇ ਬਣਾ ਲੈਂਦੇ ਆ ਅ ਇਦਾਂ ਹੀ ਹੁਣ ਇਹ ਫਸਲੀ ਬਟੇਰੇ ਜਿਹੜੇ ਸਿਆਸਤਦਾਨ ਆ ਚੋਣਾ ਜਿਉਂ-ਜਿਉਂ ਸਿਰ ਤੇ ਆ ਰਹੀਆਂ ਅ ਫਰਵਰੀ 21 ਚ ਚੋਣਾ ਹੋਣੀਆਂ ਨੇ 22 ਦੇ ਵਿੱਚ ਸੌਰੀ ਤੇ ਉਹ ਕੋਈ ਬਹੁਤਾ ਗੋਡੇ ਨਹੀਂ ਰਹਿ ਗਏ ਜੀ ਅ ਉਧਰ ਜਿਹੜੇ ਇਸ ਵੇਲੇ ਪੰਜਾਬ ਦੇ ਹਾਕਮ ਨੇ ਕਾਂਗਰਸ ਵਾਲੇ ਜਿਵੇਂ ਤੁਸੀਂ ਲਫ਼ਜ਼ ਵਰਤਿਆ 카ਟੋ ਕਲੇਸ਼ ਕਾਟੋ ਕਲੇਸ਼ ਕਾਂਗਰਸ ਦਾ ਜਿਹੜਾ ਜਗਜाहਰ ਹੈ ਕਿੰਨੇ ਚਿਰ ਦਾ ਰੌਲਾ ਰਪਾ ਪੈ ਰਿਹਾ ਇਹ ਗੱਲ ਸ਼ੁਰੂ ਹੁੰਦੀ ਆ ਨਵਜੋਤ ਸਿੱਧੂ ਦੇ ਟਵੀਟਸ ਤੋਂ ਕਾਂਗਰਸ ਦੇ ਖਿਲਾਫ ਬੋਲਣ ਤੋਂ ਚੁੱਪ ਕਰਕੇ ਘਰ ਬੈਠਣ ਤੋਂ ਉਸ ਪਿੱਛੋਂ ਹਰੀਸ਼ ਸ਼ਰਾਵਤ ਹੋਰੀ ਜਿਹੜਾ ਮੰਚ ਤੇ ਆਉਂਦੇ ਆ ਸੁਲਾਸਫਾਈ ਕਰਾਉਂਦੇ ਆ ਮੋਗੇ ਬਾਗੇ ਪੁਰਾਣੇ ਦੀਆਂ ਰੈਲੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਸਿੱਧੂ ਫੇਰ ਉੱਥੇ ਉਲਟ ਪੁਲਟ ਬੋਲਦਾ ਉਸ ਪਿੱਛੋਂ ਹੁਣ ਤਿੰਨ ਮੈਂਬਰੀ ਕਮੇਟੀ ਬਣਦੀ ਆ ਖੜਗੇ ਕਮੇਟੀ ਸਾਹਮਣੇ ਪੰਜਾਬ ਦੇ ਜਿਹੜੇ ਐਮ ਐਲ ਏ ਸਹਿਬਾਨ ਨੇ ਮੰਤਰੀ ਆ ਪੇਸ਼ ਹੁੰਦੇ ਆ ਫੇਰ ਕੈਪਟਨ ਸਾਹਿਬ ਜਾਂਦੇ ਆ ਆਪਣਾ ਬਸਤਾ ਚੁੱਕ ਕੇ ਦੱਸ ਦਿਆ ਵੀ ਕਿੱਥੇ ਕੀ ਗਲਤ ਆ ਤੇ ਕਿੱਥੇ ਕੀ ਠੀਕ ਆ ਉਸ ਪਿੱਛੋਂ ਹੁਣ ਕੱਲ ਪਰਸੋਂ ਤੋਂ ਐ ਲੱਗਦਾ ਸੀਗਾ ਵੀ ਇਹਨਾਂ ਦਾ ਜਿਹੜਾ ਕਾਟੋ ਕਲੇਸ਼ ਉਹ ਮੁਕਣ ਕੰਡੇ ਆ ਗਿਆ ਤੇ ਕੱਲ ਤਾਂ ਐ ਸੀਗਾ ਵੀ ਕੱਲ ਬਹੁਤੀਆਂ ਅਖਬਾਰਾਂ ਨੇ ਜਿਵੇਂ ਪਹਿਲੇ ਸੁਰਖੀ ਜੀ ਬੜਾ ਕੇ ਰੱਖ ਲੈਂਦੇ ਆ ਨਾ ਭਈ ਜਿਹੜੀ ਪੰਜਾਬ ਕਾਂਗਰਸ ਦੀ ਕਮਾਨ ਹੁਣ ਸਿੱਧੂ ਹੱਥ ਐ ਹਰੀਸ਼ रावत ਹੋਰੀ ਸਵੇਰੇ ਕਹਿੰਦੇ ਵੀ ਅਸੀਂ ਭਈ ਇਹ ਜਿਹੜਾ ਕਾਟੋ ਕਲੇਸ਼ ਦਾ ਜੱਬ ਨਵੇਂਣ ਲਈ ਇਹ ਫਸਤਾ ਵੱਢਣ ਲਈ ਸਿੱਧੂ ਨੂੰ ਐਲਾਨ ਰਹੇ ਆ ਔਰ ਫਿਰ ਇਦਾਂ ਦੀ ਵਿੱਚ ਮੰਗ ਸੀਗੀ ਭਈ ਦੋ ਪ੍ਰਧਾਨਪੁਰ ਬਣਾਤੇ ਜਾਣ ਇੱਕ ਹਿੰਦੂਆਂ ਚੋਂ ਬਣਾਤਾ ਜਾਵੇ ਤੇ ਇੱਕ ਜਿਹੜਾ ਆ ਦਲਤ ਪਤਾ ਖੇਡਣ ਦੀ ਦਲਤਾਂ ਚੋਂ ਬਣਾਤਾ ਜਾਵੇ ਚੌਧਰੀ ਸੰਤੋਖ ਸਿੰਘ ਹੁਣ ਹੁਣਾਂ ਦਾ ਨਾਂ ਆ ਗਿਆ ਇੱਕ ਦੋ ਹੋਰ ਨਾਂ ਇਸ ਤਰ੍ਹਾਂ ਫਲੂਟ ਕਰਦੇ ਸੀ ਵਿੱਚੇ ਹੀ ਕੱਲ ਇਦਾਂ ਦਾ ਰੌਲਾ ਪੈਣ ਲੱਪਿਆ ਕਿ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਪੰਜਾਬ ਕਾਂਗਰਸ ਦਾ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਅਸਤੀਫਾ ਦੇ ਰਹੇ ਆ ਅ ਫਿਰ ਉਹ ਜਿਹੜੇ ਰਵੀਸ਼ ਠਕਰਾਲ ਨੇ ਉਹਨਾਂ ਦੇ ਸਲਾਹਕਾਰ ਆ ਮੀਡੀਆ ਸਲਾਹਕਾਰ ਕੈਪਟਨ ਸਾਹਿਬ ਦੇ ਉਹਨਾਂ ਨੇ ਕਿਹਾ ਵੀ ਨਹੀਂ ਪਾਈ ਇਹੋ ਜੀ ਕੋਈ ਪੇਸ਼ਕਸ਼ ਜਿਹੜੀ ਆ ਕੈਪਟਨ ਸਾਹਿਬ ਨੇ ਨਹੀਂ ਕੀਤੀ ਤੇ ਆਥਣ ਤੱਕ ਸਿੱਧੂ ਨੂੰ ਪ੍ਰਧਾਨ ਥਾਪਣ ਦੀ ਗੱਲ ਵੀ ਜਿਹੜੀ ਆ ਉਹ ਸ਼ੂਮੰਤਰ ਹੋ ਗਈ ਕਿਤੇ ਸੋ ਅਜੇ ਇਹ ਰੇੜਕਾ ਮੁੱਕਿਆ ਨਹੀਂ ਅੱਜ ਦੀਆਂ ਘਟਨਾਵਾਂ ਆਪਾਂ ਦੇਖਦੇ ਆਂ ਵੀ ਹੁਣ ਕੀ ਹੈਗਾ ਕਾਂਗਰਸ ਦਾ ਜਿਹੜਾ ਕਲੇਸ਼ਾ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਨਾ ਘਰ ਦਾ ਪੇਤੀ ਲੰਕਾ ਟਾਇ ਇੱਕ ਕਹਾਵਤ ਹੈ ਵੀ ਜਿਹੜੇ ਘਰ ਦੇ ਸਾਰਾ ਕੁਝ ਜਾਣਦੇ ਹੁੰਦੇ ਆ ਨਾ ਜਦੋਂ ਤੁਹਾਡੇ ਘਰ ਦੇ ਹੀ ਤੁਹਾਡਾ ਵਿਰੋਧ ਕਰਨ ਤਾਂ ਉਦੋਂ ਨਾ ਬੰਦੇ ਦਾ ਚਾਜ ਨਾਲ ਕੰਮ ਕਰਨਾ ਸੰਭਵ ਨਹੀਂ ਹੁੰਦਾ ਚਾਹੇ ਉਹ ਕੈਪਟਨ ਨਮਿੰਦਰ ਸਿੰਘ ਹੋਰੀ ਹੋਣ ਤੇ ਚਾਹੇ ਉਹ ਸੁਨੀਲ ਜਾਖੜ ਹੋਰੀ ਹੋਣ ਤਾਂ ਸੁਨੀਲ ਜਾਖੜ ਹੋਰਾਂ ਦਾ ਕੋਈ ਬਿਆਨ ਨਹੀਂ ਆਇਆ ਕੱਲ ਦਾ ਪਰਗਟ ਸਿੰਘ ਹਣੀ ਜਰੂਰ ਕਿਹਾ ਵੀ ਹਾਂ ਜੇ ਸਿੱਧੂ ਹੋਰਾਂ ਨੂੰ ਪ੍ਰਧਾਨ ਬਣਾਤਾ ਜਾਂਦਾ ਤਾਂ ਪੰਜਾਬ ਦਾ ਇਹਦੇ ਵਿੱਚ ਪਲਾਈ ਹੋਊਗਾ ਉਹ ਤਾਂ ਕਹਿੰਦੇ ਆ ਕਿ ਮਾਰਕਟ ਸਿੰਘ ਹੁਣੀ ਤਾਂ ਕਹਿੰਦੇ ਨੇ ਕਿ ਆਹਨ ਸਿੱਧੂ ਜਿਹੜੇ ਨੇ ਜੇ ਪ੍ਰਧਾਨ ਬਣਦੇ ਨੇ ਬਹੁਤ ਫਾਇਦੇ ਵਾਲੀ ਗੱਲ ਐ ਤੇ ਹਰੀਸ਼ रावत ਹੁਣੀ ਵੀ ਸਵੇਰ ਨੂੰ ਕੁਝ ਹੋਰ ਹੁੰਦੇ ਆ ਤੇ ਸ਼ਾਮ ਨੂੰ ਕੁਝ ਹੋਰ ਹੁੰਦੇ ਆ ਦੇਖੋ ਜਿਵੇਂ ਇਦਾਂ ਸੁਣ ਚ ਆਉਂਦਾ ਜਜੂ ਆਪਾਂ ਦੇਖਦੇ ਵੀ ਆਂ ਜ਼ਿਆਦਾ ਤੌਰ ਤੇ ਵੀ ਪ੍ਰਿਆੰਕਾ ਗਾਂਧੀ ਹੁਰੀ ਜਿਹੜੇ ਆ ਉਹ ਨਵਜੋਤ ਸਿੱਧੂ ਦੀ ਸਪੋਰਟ ਕਰਦੇ ਆ ਜੀ ਸਪੋਰਟਰ ਹਮੈਤੀ ਰਾਹੁਲ ਗਾਂਧੀ ਹੁਰੀ ਵੀ ਆਂ ਵੀ ਉਹ ਥੋੜਾ ਜਿਹਾ ਲੁਖ ਮੇ ਢੰਗ ਨਾਲ ਸਪੋਰਟ ਕਰਦੇ ਆ ਨਵਜੋਤ ਸਿੱਧੂ ਨੂੰ ਉਹ ਪ੍ਰਧਾਨ ਬਣਾ ਕੇ ਇੱਕ ਤਰ੍ਹਾਂ ਨਾਲ ਕੈਪਟਨ ਨਮਰਿੰਦਰ ਸਿੰਘ ਹੋਰਾਂ ਨੂੰ ਕਹਿ ਲੋ ਬਈ ਕਾਬੂ ਚ ਰੱਖਣਾ ਚਾਹੁੰਦੇ ਆ ਜਾਂ ਉਹਨਾਂ ਦੀ ਪੇਸ਼ਬੰਦੀ ਕਰਨੀ ਚਾਹੁੰਦੇ ਆ ਤਾਂ ਦੇਖੋ ਜੇ ਪਹਿਲਾਂ ਵੀ ਕਦੀ ਕਦੀ ਗੱਲ ਕਰਦੇ ਹੁੰਦੇ ਆ ਬਈ ਜੇ ਨਵਜੋਤ ਸਿੱਧੂ ਹਰੀ ਪ੍ਰਧਾਨ ਬਣਦੇ ਆ ਪੰਜਾਬ ਕਾਂਗਰਸ ਤੇ ਜਾਂ ਡਿਪਟੀ ਸੀਐਮ ਦਾ ਪਿੱਛੇ ਰੋਲਾ ਪੈਂਦਾ ਸੀ ਵੀ ਆਇਆ ਜਿਹੜੀ ਸਾਰੀ ਲੜਾਈ ਆ ਅਨਵਜੋਤ ਸਿੱਧੂ ਦੀ ਉਹ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣ ਲਈ ਸੀ ਜਾਂ ਉਹ ਡਿਪਟੀ ਚੀਫ ਮਿਨਿਸਟਰ ਬਣ ਲਈ ਸੀ ਪਿੱਛੇ ਜੇ ਤਾਂ ਕਹਿੰਦੇ ਸੀ ਵੀ ਮੈਨੂੰ ਅਹੁਦਿਆਂ ਦੀ ਭੁੱਖ ਨਹੀਂ ਮੈ ਤਾਂ ਲੋਕਾਂ ਦੀ ਸੇਵਾ ਕਰਨੀ ਆ ਸੇਵਾ ਤੁਸੀਂ ਘਰ ਬੈਠ ਕੇ ਥੋੜੋ ਲੋਕਾਂ ਦੀ ਕਰਨੀ ਆ ਜਿਹੜੀ ਸਰਕਾਰ ਦੇ ਦਾ ਤੁਸੀਂ ਹਿੱਸਾ ਆ ਉਸ ਸਰਕਾਰ ਲਈ ਤੁਸੀਂ ਉਹਦੇ ਚ ਰਹਿੰਦੇ ਆ ਲੋਕਾਂ ਲਈ ਕੁਝ ਕਰੋ ਆਪਣੇ ਹਲਕੇ ਦੇ ਲੋਕਾਂ ਲਈ ਕਰੋ ਆਪਣੇ ਸੂਬੇ ਦੇ ਲੋਕਾਂ ਲਈ ਕਰੋ ਦੂਜਾ ਇਹ ਪਈ ਪਿੱਛੇ ਜੇ ਜਿਹੜਾ ਇਦਾਂ ਦੀਆਂ ਕਿਆ ਸਰਾਇਆਂ ਵੀ ਹੋਣ ਲੱਪੀਆਂ ਪਈ ਜਿਹੜਾ ਨਵਜੋਤ ਸਿੱਧੂ ਹੋਰੀ ਆਪ ਦੇ ਵਿੱਚ ਜਾ ਰਹੇ ਆ ਭਈ ਜਿਹੜਾ ਕੇਜਰੀਵਾਲ ਸਾਹਿਬ ਨੇ ਕਿਹਾ ਜੀ ਵੀ ਸਿੱਖ ਮੁੱਖ ਮੰਤਰੀ ਬਣਾਵਾਂਗੇ ਉਹਨਾਂ ਨੇ ਤਾਰੀਫ਼ ਵੀ ਕੀਤੀ ਤਾਰੀਫ਼ ਵੀ ਕੀਤੀ ਵੀ ਮੇਰੇ ਜਿਹੜੇ ਟਵੀਟਸ ਆ ਉਹਨਾਂ ਨੂੰ ਸੰਜੀਦਗੀ ਨਾਲ ਆਪ ਵਾਲੇ ਲੈਂਦੇ ਆ ਹਨਾ ਭਗਵੰਦ ਮਾਨ ਹੋਣੀ ਤਾਂ ਪੁੱਛਿਆ ਸੀਗਾ ਵੀ ਭਾਈ ਆ ਜਿਹੜਾ ਪ੍ਰਾਈਵੇਟ ਥਰਮਲ ਪਲਾਂਟਾਂ ਵਾਲੇ ਆ ਉਹਨਾਂ ਤੋਂ ਪੈਸੇ ਅਗਰਾਹ ਕੇ ਕਰੋੜਾ ਰੁਪਈਆ ਤੁਸੀਂ ਪਛਾਇਆ ਹੈਗਾ ਦਿੱਲੀ ਤਾਂ ਉਹਦੇ ਬਾਰੇ ਵੀ ਆਪਣਾ ਮੂੰਹ ਖੋਲੋ ਉਹਦੇ ਬਾਰੇ ਤਾਂ ਕੁਝ ਨਹੀਂ ਬੋਲੇ ਚੁੱਪ ਵਾਟ ਰੱਖੀ ਪਰ ਇਹ ਜ਼ਰੂਰ ਕਹਤਾ ਵੀ ਆਪ ਵਾਲੇ ਮੇਰੀ ਗੱਲ ਨੂੰ ਜੇ ਮੈਂ ਕੋਈ ਚੰਗੀ ਗੱਲ ਕਰਦਾ ਤਾਂ سنجਿਦਗੀ ਨਾਲ ਲੈਂਦੇ ਆ ਫੇਰ ਜਿਹੜਾ ਇਹਨਾਂ ਦਾ ਇਲੈਕਸ਼ਨ ਕੈਂਪੇਨ ਹੈ ਜਿਹੜਾ ਜਿਹੜਾ ਡੋਰੂ ਖੜਕਾਉਣਾ ਇਹਨਾਂ ਨੇ ਭਈ ਕਾਂਗਰਸ ਬਹੁਤ ਚੰਗੀ ਆ ਤੇ ਮੈਨੀਫੈਸਟੋ ਦੀਆਂ ਤਰੀਫਾਂ ਕਰਨੀਆਂ ਹੁੰਦੀਆਂ ਕੰਮ ਕੀਤੇ ਹੋਏ ਗਿਣਾਏ ਗਿਣਾਉਣੇ ਹੁੰਦੇ ਆ ਕੈਂਪੇਨ ਦਾ ਮੁਖੀ ਲਾਉਣ ਬਾਰੇ ਵੀ ਇਸ ਤਰ੍ਹਾਂ ਸੋਚਿਆ ਜਾ ਰਿਹਾ ਸੀ ਪਿੱਛੇ ਜਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਅਵਾਈ ਉੱਡਦੀ ਰਹੀ ਆ ਸੋ ਬਰਨਕੌਰ ਜੀ ਇਹ ਅਜੇ ਅੱਜ ਹੋ ਸਕਦਾ ਥੋੜਾ ਬਹੁਤ ਸਥਿਤੀ ਸਪਸ਼ਟ ਹੋਵੇ ਸ਼ਾਮ ਤੱਕ ਜੀ ਅਗਲੀ ਖਬਰ ਹੈ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਕਾਨੂੰਨ ਹੈ ਜਿਹੜੇ ਸਾਡੇ ਉਹਨਾਂ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਇਹ ਕੀ ਮਸਲਾ ਹਾਂ ਜਿਹੜੀ ਤਾਜ਼ਾ ਟਿੱਪਣੀ ਹੈ ਉਹ ਤਾਂ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਇੰਡੀਆ ਦੇ ਜਸਟਿਸ ਏ ਵੀ ਰਮਨਾਖਰੀ ਜੀ ਉਹਨਾਂ ਦੀ ਤੇ ਦੋ ਹੋਰ ਜੱਜਾਂ ਦੀ ਤਿੰਨ ਜੱਜਸ ਦੀ ਬੈਂਚ ਨੇ ਕੱਲ ਬਹੁਤ ਤਿੱਖੀਆਂ ਟਿੱਪਣੀਆਂ ਸਰਕਾਰ ਤੇ ਕੀਤੀਆਂ ਸਲਿਸਟਰ ਜਨਰਲ ਬੀਨੂ ਗੋਪਾਲ ਪੇਸ਼ ਹੋਈ ਸੀ ਜੀ ਉਹ ਕਹਿੰਦੇ ਬਈ ਬੇਣਗਪਾਲ ਜੀ ਜਿਹੜਾ 75 ਸਾਲ ਪੁਰਾਣਾ ਲਾ ਆਫ ਸਡਿਸ਼ਨ ਆ ਦੇਸ਼ ਧਰੋ ਦਾ ਕਾਨੂੰਨ ਹੈ ਉਹ ਮਤਲਬ ਹਾਊ ਕਮ ਇਟ ਇਜ਼ ਇਨ ਦਾ ਲਾ ਬੁੱਕ ਇੰਡੀਅਨ ਪੈਨਲ ਕੋਡ ਦੇ ਵਿੱਚ ਇਹ ਅਜੇ ਤੱਕ ਕਿਉਂ ਹੈ ਜੀ ਤੇ ਇਹ ਵਸਤੀਵਾਦੀ ਕਲੋਨੀਅਲ ਲੋਕਾਂ ਨੇ ਬਰਤਾਨਵੀ ਲੋਕਾਂ ਨੇ ਬ੍ਰਿਟਿਸ਼ਰਸ ਨੇ ਬਣਾਇਆ ਸੀਗਾ ਆਜ਼ਾਦੀ ਅੰਦੋਲਨ ਨੂੰ ਦਬਾਉਣ ਲਈ ਇਹ ਕਾਨੂੰਨ ਦੀ ਜਿਹੜੀ ਵਰਤੋਂ ਆ ਉਹ ਮਹਾਤਮਾ ਗਾਂਧੀ ਤੇ ਹੋਰਾਂ ਦੇ ਖਿਲਾਫ ਉਹਨਾਂ ਦੀ ਆਵਾਜ਼ ਦਬਾਉਣ ਲਈ ਜੀ ਆਜ਼ਾਦੀ ਅੰਦੋਲਨ ਨੂੰ ਜਿਹੜਾ ਆ ਖਤਮ ਕਰਨ ਲਈ ਨੱਪਣ ਲਈ ਇਹਦੀ ਵਰਤੋਂ ਕੀਤੀ ਸੀ ਤੇ ਅੱਜ 75 ਸਾਲ ਬਾਅਦ ਇਸ ਕਾਨੂੰਨ ਦੀ ਕੀ ਸਾਰਥਕਤਾ ਹੈ ਕੀ ਰੈਲੇਵੈਂਸ ਆ ਹੂੰ ਇਹ ਸਵਾਲ ਕੀਤਾ ਠੀਕ ਹੈ ਫਿਰ ਉਹਨਾਂ ਨੇ ਇਹ ਕਿਹਾ ਵੀ ਜਿੱਦਾਂ ਇਹ ਕਾਨੂੰਨ ਤਾਂ ਇਦਾਂ ਆ ਕਿ ਜਿੱਦਾਂ ਜਿਹੜਾ ਤਰਖਾਨ ਆ ਉਹਨੂੰ ਕੁਹਾੜੀ ਦਿੱਤੀ ਜਾਵੇ ਇੱਕ ਰੁੱਖ ਵੱਢਣ ਲਈ ਤਾਂ ਉਹ ਪੂਰਾ ਜੰਗਲ ਵੱਢ ਕੇ ਉਧਰ ਮਾਰੇ ਠੀਕ ਆ ਤੁਸੀਂ ਇਦਾਂ ਵਰਤੋਂ ਕਰਦੇ ਹੋ ਫਿਰ ਉਹ ਕਹਿੰਦੇ ਵੀ ਇਸ ਕਾਨੂੰਨ ਦੇ ਤਹਿਤ ਜਿਹੜਾ ਜਿਹੜਾ ਇੱਕ ਸਿਪਾਹੀ ਆ ਉਹ ਪਿੰਡ 'ਚ ਕਿਸੇ ਨੂੰ ਡਰਾਉਣਾ ਵੀ ਹੋਵੇ ਤਾਂ ਇਹ ਇਹ ਕਾਨੂੰਨ ਜਿਹੜਾ ਆ ਲਾਗੂ ਕਰਦੇ ਆ ਹਨਾ ਤੇ ਇਹਦੇ ਫਿਰ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਦੋਸ਼ਤ ਹੈ ਹੋਣ ਦੀ ਦਰ ਆ ਉਹ ਬਹੁਤ ਘੱਟ ਹੈਗੀ ਆ ਹਨਾ ਤਾਂ ਫਿਰ ਇਸ ਕਾਨੂੰਨ ਦੀ ਕਹਿੰਦੇ ਸਾਰਥਕਤਾ ਕੀ ਹੈ ਕਾਨੂੰਨ ਕਿਉਂ ਰੱਖਿਆ ਕਿਉਂ ਨਹੀਂ ਉਹਨੂੰ ਖਤਮ ਕੀਤਾ ਜਾਂਦਾ ਜਦ ਕਹਿੰਦੇ ਸਾਡੀ ਸੰਸਦ ਹੋਰ ਬਹੁਤ ਸਾਰੇ ਕਾਨੂੰਨ ਰੱਦ ਕਰ ਚੁੱਕੀ ਆ ਤਾਂ ਇਹ ਜਿਹੜਾ ਕਾਨੂੰਨ ਆ ਦੇਸ਼ ਧਰੋਹ ਦਾ ਕਾਨੂੰਨ ਇਹਦੀ ਦਰਬਾਰਤੋਂ ਕਿਉਂ ਕੀਤੀ ਜਾ ਰਹੀ ਆ ਦਰਅਸਲ ਤਾਂ ਸੁਪਰੀਮ ਕੋਰਟ ਨੇ ਇਹਦੀ ਦਰਬਾਰਤੋਂ ਤੇ ਚਿੰਤਾ ਜ਼ਾਹਰ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਨੇ ਤਾਂ ਇਹ ਤੋਂ ਪਹਿਲਾਂ ਜਸਟਿਸ ਬਾਈ ਵੀ ਚੰਦਰ ਚੂੜ ਹਾਲੇ ਪਿਛਲੇ ਦਿਨੀ ਅਮਰੀਕਨ ਬਾਰ ਐਸੋਸੀਏਸ਼ਨ ਜਿਹੜੀ ਹੈ ਤੇ ਉਹਦੇ ਨਾਲ ਜਿਹੜਾ ਅਮਰੀਕਨ 바ਰ ਐਸੋਸੀਏਸ਼ਨ ਦੇ ਨਾਲ ਸੁਸਾਇਟੀ ਆਫ ਲਾ ਇੰਡੀਆ ਜਿਹੜੀ ਹੈ ਤੇ ਜਿਹੜਾ ਜਿਹੜੀ ਜਿਹੜੇ ਚਾਰਟਰਡ ਅਕਾਊਂਟੈਂਟ ਆਰਬਿਟਰਸ ਐਸੋਸੀਏਸ਼ਨ ਆ ਇੰਡੀਆ ਦੀ ਇਹਨਾਂ ਸਾਰਿਆਂ ਵੱਲੋਂ ਇੱਕ ਸਾਂਝੀ ਵਰਚੁਅਲ ਕਾਨਫਰੰਸ ਸੀ ਉੱਚ ਬੋਲਦੇ ਆ ਵੀ ਉਹਨਾਂ ਨੇ ਵੀ ਇਸ ਕਾਨੂੰਨ ਦੇ ਖਿਲਾਫ ਟਿੱਪਣੀਆਂ ਕੀਤੀਆਂ ਸੀ ਤੇ ਉਹ ਕਹਿੰਦੇ ਸੁਪਰੀਮ ਕੋਰਟ ਦਾ ਫਰਜ ਪੈਂਦਾ ਵੀ ਮਨੋਰਟੀਜ਼ ਨੂੰ ਤੇ ਦੇਸ਼ ਦੇ ਲੋਕਾਂ ਨੂੰ ਅਸੀਂ ਬਚਾਉਣਾ ਹੈਗਾ ਹਨਾ ਕਿਸੇ ਕਾਨੂੰਨ ਦੀ ਦਰਵਾਤੋਂ ਨਾ ਹੋਵੇ ਸੋ ਹੁਣ ਜਿਹੜੀਆਂ ਤਾਜ਼ਾ ਟਿੱਪਣੀਆਂ ਆਈਆਂ ਨੇ ਜਸਟਿਸ ਚੀਫ ਜਸਟਿਸ ਰਮਨਾ ਹੋਰਾ ਦੀ ਬੈਂਚ ਦੀਆਂ ਜੀ ਇਹ ਸਰਕਾਰ ਲਈ ਇੱਕ ਸਬਕ ਹੈ ਫਿਰ ਉਹਨਾਂ ਨੇ ਵੀ ਕਿਹਾ ਵੀ ਧਾਰਾ 66 ਜਿਹੜੀ ਆ ਉਹਨੂੰ 215 ਚ ਖਤਮ ਕਰ ਦਿੱਤਾ ਸੀ ਜੀ ਤੇ ਉਹਦੇ ਤਹਿਤ ਅਜੇ ਤੱਕ ਵੀ ਜਿਹੜੀ ਸੂਚਨਾ ਟੈਕਨੋਲੋਜੀ ਦੀ ਧਾਰਾ ਆ ਉਹਦੇ ਤਹਿਤ ਹੁਣ ਵੀ ਜਿਹੜੀਆਂ ਕੇਸ ਦਰਜ ਹੋ ਰਹੇ ਆ ਸੁਪਰੀਮ ਕੋਰਟ ਕਹਿੰਦੀ 1000 ਕੇਸ ਤੁਸੀਂ ਉਹਦੇ ਤਹਿਤ 1000 ਤੋਂ ਵੱਧ ਅਜੇ ਵੀ ਦਰਜ ਹੈਗਾ ਜੀ ਬਈ ਹਾਊ ਕਮ ਇਟ ਇਜ਼ ਪੋਸੀਬਲ ਪਈ ਜਿਹੜਾ ਕਾਨੂੰਨ ਖਤਮ ਹੀ ਹੋ ਗਿਆ ਉਹਦੇ ਤਹਿਤ ਤੁਸੀਂ ਜਿਹੜਾ ਆ ਕੇਸ ਦਰਜ ਕੀ ਜਾ ਰਹੇ ਹੋ ਹਾਲਾਂਕਿ ਸਰਕਾਰ ਨੇ ਕਿਹਾ ਪਈ ਅਸੀਂ ਜੀ ਉਹ ਕੇਸ ਵਾਪਸ ਲੈ ਰਹੇ ਆ ਤੇ ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਕਾਨੂੰਨਾਂ ਲਈ ਚਾਹੇ ਉਹ ਦੇਸ਼ทรੋਦਾ ਹੋਵੇ ਚਾਹੇ ਸੂਚਨਾ ਟੈਕਨੋਲੋਜੀ ਜਿਹੜਾ ਖਤਮ ਹੋਇਆ ਅਜੇ ਵੀ ਲਾਗੂ ਕੀਤਾ ਹੋਇਆ ਪਈ ਜਵਾਬਦੇਹੀ ਕਿਸੇ ਦੀ ਨਹੀਂ ਜੀ ਨਾ ਕਿਸੇ ਪੁਲਿਸ ਦੀ ਜਵਾਬਦੇਹੀ ਨਾ ਕਿਸੇ ਸਿਆਸਤਦਾਨ ਦੀ ਜਵਾਬਦੇਹੀ ਪਈ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਔਰ ਉਹਨਾਂ ਨੇ ਜਸਟਿਸ ਬਾਈਬੀ ਚੰਦਰ ਚੂੜੀ ਪਿਛੇ ਪਿਛਲੇ ਦਿਨੀ ਜਿਹੜਾ ਚਾਰਕ ਦਿਨ ਹਾਲੇ ਉਹਦੀ ਵੀ ਸੁਰਖੀ ਜਿਹੜੀ ਆ ਮੱਠੀ ਨਹੀਂ ਪਈ ਫਿੱਕੀ ਨਹੀਂ ਪਈ ਉਹਨਾਂ ਨੇ ਕਿਹਾ ਸੀ ਕਿ ਦਿਸ ਲਾ ਇਸ ਟੂ ਮੱਜਲ ਦਾ ਡਿਸੈਂਟ ਭੀ ਵਿਰੋਧ ਦੀ ਸੁਰ ਜਿਹੜੀ ਆ ਉਹਨੂੰ ਜਿਹੜੀ ਉਹਦੀ ਸੰਗੀ ਕੁੱਟਣ ਦੇ ਲਈ ਇਸ ਲਾ ਦੀ ਵਰਤੋਂ ਇਸ ਕਾਨੂੰਨ ਦੀ ਵਰਤੋਂ ਸਰਕਾਰ ਕਰ ਰਹੀ ਆ ਜੀ ਸੋ ਸੁਪਰੀਮ ਕੋਰਟ ਵੱਲੋਂ ਜੀਆਂ ਤਲਖ ਟਿੱਪਣੀਆਂ ਹਮ ਇਹ ਸਰਕਾਰ ਖਿਲਾਫ ਹੀ ਟਿੱਪਣੀਆਂ ਕਹਾਂਗੇ ਜੀ ਤਾਂ ਕਿਤੇ ਕਿਤੇ ਤਾਂ ਐ ਕਹਿ ਦਿੰਦੇ ਆ ਵੀ ਜੀ ਸੁਪਰੀਮ ਕੋਰਟ ਬਾਰੇ ਦੇਖੋ ਕਹਿਣ ਨੂੰ ਜੋ ਤੁਸੀਂ ਮਰਜ਼ੀ ਕਹਿ ਜਾਓ ਜੀ ਅੱਛੇ ਸਾਡੀ ਐਪੈਕਸ ਕੋਰਟ ਆ ਹਮ ਉਹ ਕਾਨੂੰਨ ਦਾ ਸਰਵਉੱਚ ਮੰਦਿਰ ਆ ਹਮ ਤੇ ਸੰਵਿਧਾਨ ਦੀ ਰੋਸ਼ਨੀ ਦੇ ਵਿੱਚ ਸੰਵਿਧਾਨ ਦੀ ਪ੍ਰੋਟੈਕਸ਼ਨ ਸੁਪਰੀਮ ਕੋਰਟ ਕਰਦੀ ਆ ਠੀਕ ਹੈ ਔਰ ਜਿਹੜਾ ਅ ਲੈਸਨੈਸ ਆ ਉਹ ਸੁਪਰੀਮ ਕੋਰਟ ਦੇਖਦੀ ਆ ਸਾਡੀਆਂ ਸਾਡੇ ਪੈਕਸ ਕੋਰਟ ਦੇਖਦੀ ਆ ਸਾਡੀਆਂ ਹਾਈ ਕੋਰਟਸ ਦੇਖਦੀਆਂ ਅ ਜਦੋਂ ਇਹੋ ਜਿਹੀ ਟਿੱਪਣੀ ਆਉਂਦੀ ਆ ਤਾਂ ਉਹ ਸਰਕਾਰ ਲਈ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਸਰਕਾਰ ਨੂੰ ਨਾ ਸ਼ੀਸ਼ਾ ਦਿਖਾਉਣਾ ਹੀ ਹੁੰਦਾ ਜਿਹੜੀਆਂ ਹਰ ਕੋਰਟਸ ਨੇ ਉਹਦੇ ਵੱਲੋਂ ਵੀ ਦੇਖੋ ਤੁਸੀਂ ਆਹ ਕੁਝ ਕਰ ਰਹੇ ਆਂ ਅਸਲ ਚ ਗੱਲ ਇਦਾਂ ਆ ਸੋ ਦੇਸ਼ ਧਰੋਹ ਦੇ ਤਹਿਤ ਕਿੰਨੇ ਲੋਕਾਂ ਨੂੰ ਸਾਡੀ ਸਰਕਾਰ ਨੇ ਮੌਜੂਦਾ ਹਾਕਮਾਂ ਨੇ ਕੇਂਦਰਧਿਆ ਨੇ ਕਿੰਨੇ ਲੋਕਾਂ ਨੂੰ ਜੇਲ੍ਹਾਂ ਚ ਡੱਕਿਆ ਸਟੈਂਸ ਸੁਆਮੀ ਉਹਦੇ ਚ ਇੱਕ ਆਧਾਰਨ ਆ ਐ ਠੀਕ ਹੈ ਉਹਨੂੰ ਅਲਗਾਰ ਪ੍ਰੀਸ਼ਦ ਕੇਸ ਦੇ ਵਿੱਚ ਜਿਹਦੇ ਨਾਲ ਦੂਰ ਪਾਰੋਂ ਕੋਈ ਲੈਣਾ ਦੇਣਾ ਨਹੀਂ ਸੀ ਸਿਰਫ ਇਸ ਕਰਕੇ ਕਿ ਉਹ ਜਿਹੜਾ ਆ ਆਦੀਵਾਸੀਆਂ ਦੀ ਆਵਾਜ਼ ਚੁੱਕਦਾ ਸੀ ਦੱਬੇ ਕੁਚੜਿਆਂ ਦੀ ਗੱਲ ਕਰਦਾ ਸੀ ਉਹ ਕਹਿੰਦਾ ਸੀ ਵੀ 40% ਖਣਿਜ ਪਦਾਰਥ ਜਿਹੜੇ ਆ ਉਹ ਝਾਰਖੰਡ ਸੂਬੇ ਦੇ ਵਿੱਚ ਨੇ ਦੇਸ਼ ਤੇ ਤਾਂ ਉਥੇ 60% ਲੋਕ ਜਿਹੜੇ ਆ ਗਰੀਬ ਆ ਉਸ ਸੂਬੇ ਦੇ ਅਜੇ ਹਾਂ ਕਿਉਂ ਸਵਾਲ ਕਰਨ ਵਾਲਿਆਂ ਨੂੰ ਜਦੋਂ ਉਹਨਾਂ ਦੇ ਸੰਘੀ ਕੁੱਟਣ ਦੇ ਲਈ ਦੇਸ਼ ਧਰੋ ਦੇ ਕਾਨੂੰਨਾਂ ਦੀ ਵਰਤੋਂ ਕੀਤੀ ਜਾਵੇ ਤੇ ਸੁਪਰੀਮ ਕੋਰਟ ਦੀਆਂ ਅਜੀਆਂ ਤਰਕ ਟਿੱਪਣੀਆਂ ਆਉਣ ਅਜੇ ਵੀ ਸਰਕਾਰ ਨੂੰ ਸਭ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ ਵੇਲਾ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਡਾਕਟਰ ਪਰਮਜੀਤ ਸਿੰਘ ਤਖਰ ਐਮ ਡੀ ਜੋ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਸੈਕਰਮੈਂਟੋ ਦੇ ਤਜਰਬੇਕਾਰ ਡਾਕਟਰ ਪਰਮਜੀਤ ਸਿੰਘ ਤਖਰ ਐਮ ਡੀ ਨਾਲ ਸੰਪਰਕ ਕਰੋ। ਇਹ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਭਰੋਸੇਯੋਗ ਇਲਾਜ ਕਰਦੇ ਨੇ। ਪੰਜਾਬੀਆਂ ਚ ਹਰਮਨ ਪਿਆਰੇ ਡਾਕਟਰ ਪਰਮਜੀਤ ਸਿੰਘ ਤਖਰ ਹਰ ਤਰ੍ਹਾਂ ਦੀ ਇੰਸ਼ੋਰੈਂਸ ਵੀ ਲੈਂਦੇ ਨੇ ਇਹ ਪੰਜਾਬੀ ਹਿੰਦੀ ਤੇ ਇੰਗਲਿਸ਼ ਵਿੱਚ ਗੱਲ ਕਰਦੇ ਨੇ ਪਰਮਜੀਤ ਸਿੰਘ ਤਖਰ ਡੀਓਟੀ ਨੌਨ ਡੀਓਟੀ ਫਿਜ਼ਿਕਲਸ ਬ੍ਰੈਥ ਐਲਕੋਹਲ ਟੈਸਟਿੰਗ ਪ੍ਰੀ এমਪਲoyed ਫਿਜ਼ੀਕਲ ਆਦਤੀਆਂ ਸੇਵਾਵਾਂ ਵੀ ਦਿੰਦੇ ਨੇ ਹਮੇਸ਼ਾ ਯਾਦ ਰੱਖੋ ਸੈਕਰਾਮੈਂਟੋ ਦੇ ਮਸ਼ਹੂਰ ਡਾਕਟਰ ਪਰਮਜੀਤ ਸਿੰਘ ਤਖਰ ਅੱਜ ਹੀ ਆਪਣੀ ਅਪਾਇੰਟਮੈਂਟ ਬਣਾਓ ਵੀ ਐਕਸੈਪਟ ਮੈਡੀਕਲ ਕਾਰਡ ਐਂਡ ਕੈਸ਼ ਪੇ आज ही फोन करो 9166888888 916688888 8191 टेम्परलेक वे 400 सैक्रामेंटो कैलिफोर्निया 95823 ब्रेक ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਬਰुण कौरਮਾਨ ਪ੍ਰੋਗਰਾਮ ਖਬਰ ਜੰਕਸ਼ਨ ਪੰਜਾਬ ਮੀਲ ਯੂਐਸਏ ਟੀਵੀ ਦੀ ਖਾਸ ਪੇਸ਼ਕਸ਼ ਔਰ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਨਰਿੰਦਰ ਸਿੰਘ ਸੱਤੀ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਟਿੱਪਣੀ ਦੀ ਗੱਲ ਚੱਲ ਰਹੀ ਸੀ ਇੱਕ ਟਿੱਪਣੀ ਕੀਤੀ ਹੈ ਅਨਮੋਲ ਗਗਨ ਮਾਨ ਨੇ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਵਿਰੋਧ ਸ਼ੁਰੂ ਹੋ ਗਿਆ ਔਰ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਅ ਬਰਨਜੀ ਸਿਆਸਤਦਾਨ ਜਿਹੜੇ ਆ ਲੋਕ ਕਨਨੀਆਂ ਗੱਲਾਂ ਦਾ ਨੋਟਿਸ ਲੈਂਦੇ ਆ ਜੀ ਜਦੋਂ ਸਟੇਜ ਤੋਂ ਬੋਲਦੇ ਨੇ ਅੱਜ ਕੱਲ ਤਾਂ ਜਿਹੜੇ ਵੀਡੀਓ ਕੈਮਰਾਸ ਨੇ ਅੱਗੇ ਕਦੀ ਆਡੀਓਸ ਹੁੰਦੇ ਸੀ ਤੁਸੀਂ ਕਹਿ ਸਕਦੇ ਸੀ ਇਹ ਆਵਾਜ਼ ਮੇਰੀ ਨਹੀਂ ਉਹਦੀ ਆ ਹੁਣ ਤਾਂ ਵੀਡੀਓਸ ਨੇ ਨਾਲੋਂ ਨਾਲ ਵਾਇਰਲ ਹੋ ਜਾਂਦੀਆਂ ਸੋਸ਼ਲ ਮੀਡੀਆ ਤੇ ਉੱਤੇ ਪਹਿਲਾਂ ਤਾਂ ਰਵਨੀਤ ਬਿੱਟੂ ਹਰੇ ਹੂੰ ਪਿੱਛੇ ਕਹਤਾ ਵੀ ਜਿਹੜੀਆਂ ਦੋ ਸੀਟਾਂ ਨੇ ਆਨੰਦਪੁਰ ਸਾਹਿਬ ਵਾਲੀਆਂ ਤੇ ਜਿਹੜਾ ਚਮਕੌਰ ਸਾਹਿਬ ਬਾੜੀ ਤੇ ਉਹ ਜੀ ਬਸਪਾ ਦੇ ਹਿੱਸੇ ਆ ਗਈਆਂ ਠੀਕ ਹੈ ਤੇ ਅਕਾਲੀਆਂ ਨੇ ਤੇ ਉਹ ਟਿੱਪਣੀ ਕੀਤੀ ਸੀ ਪਈ ਉਹ ਪਵਿੱਤਰ ਸੀਟਾਂ ਤੇ ਬਸਪਾ ਵਾਲਿਆਂ ਨੇ ਰੌਲਾ ਪਾ ਲਿਆ ਕਿ ਪਵਿੱਤਰ ਸੀਟਾਂ ਤੇ ਬਸਪਾ ਦੇ ਜਿਹੜੇ ਕਾਰਕੁਨ ਨੇ ਜਾਂ ਬਸਪਾ ਦੇ ਉਮੀਦਵਾਰ ਨਹੀਂ ਖੜੇ ਹੋ ਸਕਦੇ ਹੂੰ ਅੰਤ ਮਾਫੀ ਮੰਗਣੀ ਪਈ। ਹੂੰ। ਔਰ ਕਮਿਸ਼ਨ ਨੇ ਜਿਹੜਾ ਕਟਗਣਤੀ ਕਮਿਸ਼ਨ ਆ ਉਹਨੇ ਨੋਟਿਸ ਲਿਆ ਉੱਥੇ ਜਾ ਕੇ ਮਾਫੀਨਾਮਾ ਦਿੱਤਾ ਠੀਕ ਹੈ। ਹਾਂ। ਹਾਲਾਂਕਿ ਉਹ ਮਾਫੀਨਾਮੇ ਬਾਰੇ ਵੀ ਰੌਲਾ ਆ ਕਿ ਉੱਤੇ ਦਸਤਕਤ ਨਹੀਂ ਤੇ ਤਰੀਕ ਨਹੀਂ ਤੇ ਜਿੰਨੀ ਤਰੀਕ ਨੂੰ ਰਪਨੀਤ ਬਿੱਟੂ ਨੂੰ ਸੱਦਿਆ ਸੀ ਉਸ ਤੋਂ ਪਹਿਲਾਂ ਹੀ ਕਿਤੇ ਮਾਫੀਨਾਮਾ ਦਿਆ। ਹੂੰ। ਅ ਉਸ ਪਿੱਛੋਂ ਤੇਜਿੰਦਰ ਕੌਰ ਚੇਅਰਪਰਸਨ ਆ ਉਹਨਾਂ ਨੇ ਸੱਦ ਕੇ ਬਿੱਟੂ ਦਾ ਜਿਹੜਾ ਬਿਆਨ ਵੀ ਲਿਆ ਹਨਾ। ਹੂੰ। ਉਹ ਹਲੇ ਮਸਾਈ ਜਣ ਕੇ ਸੁਰਖੀਆਂ ਫਿੱਕੀਆਂ ਪਈਆਂ ਜੀ ਅ ਤਾਂ ਹੁਣ ਅਨਮੋਲ ਗਗਨਮਾਨ ਆਪ ਦੀ ਆਗੂ ਆ ਹਮ ਅ ਬੜੇ ਨਾਮਵਰ ਔਰਤਾ ਹੈ ਹਮ ਤਾਂ ਉਹਨੇ ਸਵਿਧਾਨ ਸੰਬੰਧੀ ਟਿੱਪਣੀ ਜਿਹੜੀ ਆ ਜਿਹੜੀ ਗਵਾਰਾ ਨਹੀਂ ਲੱਗੀ ਬਸਪਾ ਵਾਲਿਆਂ ਨੂੰ ਕਿਉਂਕਿ ਬਾਬਾ ਸਾਹਿਬ ਮਿਲਟਕਰ ਸਾਹਿਬ ਸਾਡੇ ਜਿਹੜੇ ਸਵਿਧਾਨ ਦੇ ਨਿਰਮਾਤਾ ਨੇ ਜੀ ਜਿਹੜੀ ਕਮੇਟੀ ਸੀ ਸਵਿਧਾਨ ਕਾੜਾ ਕਮੇਟੀ ਉਹਦੇ ਚੇਅਰਮੈਨ ਸੀ ਜੀ ਔਰ ਜਿੰਨੀਆਂ ਡਿਗਰੀਆਂ ਉਹਨਾਂ ਕੋਲ ਸੀਗੀਆਂ ਇਹ ਜਿਹੜਾ ਆਪਣੇ 550 ਸਿਆਸਤਦਾਨ ਬੈਠਾ ਉਹਨਾਂ ਚੋਂ ਪੰਜਾਂ ਜਣਿਆਂ ਕੋਲ ਵੀ ਨਹੀਂ ਹੋਣੀਆਂ ਹਨਾ ਬਿਲਕੁਲ ਬਿਲਕੁਲ ਤੇ ਉਹ ਜਿਹੜੇ ਥਿੰਕ ਟੈਂਕ 올 ਟਾਈਮ ਥਿੰਕ ਟੈਂਕ ਉਹ ਜਿਹੇ ਲੋਕ ਬਹੁਤ ਘੱਟ ਪੈਦਾ ਹੋਏ ਨੇ ਜੀ ਤੇ 바ਵਾ ਸਾਹਿਬ ਅੰਬੇਦਕਰ ਰਚਿਤ ਸੰਵਿਧਾਨ ਜਾਂ ਕਹ ਲਓ ਵੀ ਸੰਵਿਧਾਨ ਕਿਵੇਂ ਉਹਨਾਂ ਨੇ ਘੜਿਆ ਕਿੰਨਾ ਚਿਰ ਉਹ ਚੱਲਿਆ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਹੁੰਦਾ 47 ਚਾਪ ਆਜ਼ਾਦ ਹੁੰਦੇ ਆ ਕਿੰਨੇ ਸਾਲਾਂ ਦੀ ਯੂਨੀਅਨ ਦੀ ਮਿਹਨਤ ਹੈ ਜੀ ਅ ਦੁਨੀਆ ਭਰ ਚੋਂ ਜਾਨੀ ਕਿ ਉਹਨਾਂ ਨੇ ਚੰਗੀਆਂ ਚੀਜ਼ਾਂ ਇਕੱਠੀਆਂ ਕਰਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਈਆਂ ਤਾਂ ਉਸ ਸੰਵਿਧਾਨ ਸੰਬੰਧੀ ਇੱਕ ਸਿਆਸਤਦਾਨ ਉੱਠ ਕੇ ਟਿੱਪਣੀ ਕਰੇ ਪਹਿਲੀ ਗੱਲ ਤੇ ਇਹ ਹੀ ਮਾੜੀ ਆ ਹੂੰ ਦੂਸਰੀ ਗੱਲ ਜੇ ਟਿੱਪਣੀ ਕਰ ਦਿੱਤੀ ਆ ਤਾਂ ਇਮੀਡੀਏਟਲੀ ਮਾਫੀ ਮੰਗਣੀ ਚਾਹੀਦੀ ਆ ਮਾਫੀ ਵੀ ਥੋੜੀ ਦੇਰ ਨਾਲ ਆਉਂਦੀ ਆ ਹਨਾ ਜੀ ਤੇ ਕੱਲ ਦਾ ਪੰਜਾਬ ਦੇ ਵਿੱਚ ਜਿਵੇਂ ਕਹਿ ਲਓ ਪਈ ਚੌਹੀ ਪਾਸੀ ਹਮ ਜਿਹੜਾ ਆ ਬਸਪਾ ਤੇ ਅਕਾਲੀ ਦੰਨ ਨੇ ਰਲ ਕੇ ਮਜਾਰੇ ਕੀਤੇ ਖਾਸ ਕਰਕੇ ਬਸਪਾ ਅੱਛਾ ਤੁਹਾਨੂੰ ਨਹੀਂ ਲੱਗਦਾ ਇਹ ਬਲਦੀ ਚੱਗ ਪਾਉਣ ਵਾਲਾ ਕੰਮ ਆ ਕੇਜਰੀਵਾਲ ਦੇ ਵੀ ਪੁਤਲੇ ਸਾਣੇ ਸ਼ੁਰੂ ਕਰਤੇ ਉਹਨਾਂ ਨੂੰ ਆਪਣਾ ਡਰ ਪੈ ਗਿਆ ਆ ਬਿਲਕੁਲ ਦੇਖੋ ਐਸ ਵੀ ਨੇ ਇਹ ਪਹਿਲਾਂ ਵੀ ਕਿਹਾ ਜਾਂਦਾ ਵੀ ਜਿਹੜੀ ਲਾਸਟ ਸਰਕਾਰ ਸੀਗੀ ਕਾਂਗਰਸ ਦੀ ਬਣੀ ਹੈ ਜੀ ਤੇ ਅਕਾਲੀ ਤੇ ਕਾਂਗਰਸੀ ਇਕੱਠੇ ਹੋ ਗਏ ਵੀ ਆਪਾਂ ਭਾਵੇਂ ਜਿੱਤੀਏ ਚਾਹੇ ਹਾਰੀਏ ਆਪ ਜਿਹੜੀ ਆ ਉਹ ਕਿਸੇ ਸੂਰਤੇ ਹਾਲ ਦੇ ਵਿੱਚ ਜਿਤਨੀ ਨਹੀਂ ਚੱਲਦੀ ਹੈ ਨਾ ਪਰ ਫਿਰ ਵੀ ਉਹ ਆਪਣੇ ਬਾਵਾ ਐਮ ਐਲ ਏ ਬਣਾ ਗਏ ਖਾਸ ਕਰਕੇ ਮਾਲਵਾ ਬੈਠ ਦੇ ਵਿੱਚ ਲੋਕਾਂ ਨੂੰ ਪਛਤਾਵਾ ਵੀ ਆ ਥੋੜਾ ਜਿਹਾ ਭਈ ਸਾਰੇ ਲੋਕਾਂ ਨੂੰ ਭਈ ਆਪਾਂ ਕਾਂਗਰਸ ਨੂੰ ਜਿਤਾ ਕੇ ਗਲਤੀ ਕੀਤੀ ਹੁਣ ਜਿਹੜਾ ਆਕਾਲੀ ਬਸਪਾ ਇਕੱਠੇ ਹੋ ਗਏ ਆ ਕਾਂਗਰਸ ਅਲੱਗ ਗਿਆ ਪਰ ਆਪ ਦੇ ਮੁੱਦੇ ਤੇ ਇਹ ਸਾਰੇ ਇਕੱਠੇ ਨੇ ਸਾਰੇ ਇਕੱਠੇ ਆਪ ਨੂੰ ਕਿਸੇ ਸੂਰਤ ਵਿੱਚ ਵੀ ਇਹ ਜਤਨ ਨਹੀਂ ਦੇਣਾ ਚਾਹੁੰਦੇ ਠੀਕ ਹੈ ਦਿੱਲੀ ਮਾਡਲ ਉਹ ਉਹ ਵੀ ਕੇਦਰੀਬਾਲ ਬਾਹਰਲਾ ਜੀ ਪਾਣੀਆਂ ਦਾ ਮੁੱਦਾ ਲੈ ਆਉਂਦੇ ਆ ਅੱਗੇ ਪਾਣੀਆਂ ਦਾ ਮੁੱਦਾ ਤੁਸੀਂ ਕਿਉਂ ਨਹੀਂ ਸਮਝਦਾ ਔਰ ਪਾਣੀ ਜਿਹੜੇ ਆ ਉਹ ਕਹਿੰਦੇ ਵੀ ਟੇਲ ਉੱਥੇ ਤੱਕ ਜਾਂਦੀ ਆ ਜਿੱਥੇ ਬਾਦਲਾਂ ਦੀ ਜ਼ਮੀਨ ਆ ਹਰਿਆਣੇ ਦੇ ਵਿੱਚ ਠੀਕ ਹੈ ਪੰਜਾਬ 'ਚ ਹੀ ਉੱਥੇ ਤੱਕ ਉਹ ਨਹਿਰਾਂ ਦਾ ਪਾਣੀ ਜਾਂਦਾ ਜਿੱਥੇ ਬਾਦਲਾਂ ਦੀ ਜ਼ਮੀਨ ਆ ਜਾਂ ਜਿੱਥੇ ਚਟਾਲਿਆਂ ਦੀ ਜ਼ਮੀਨ ਆ ਉਦੋਂ ਕਿਉਂ ਨਹੀਂ ਨਿਬੜਿਆ ਕਾਂਗਰਸ ਦੇ ਬਿਲਕੁਲ ਕਿਉਂ ਨਹੀਂ ਨਿਬੜਿਆ ਹਾਲਾਂਕਿ ਪਿੱਛੇ ਜੇ ਕੈਪਟਨ ਸਾਹਿਬ ਨੇ ਦਲੇਰੀ ਕੀਤੀ ਸੀ ਵੀ ਤੁਸੀਂ ਪਾਣੀ ਨਹੀਂ ਜਾਣ ਦੇਣਾ ਆਪਾਂ ਹਰਿਆਣੇ ਨੂੰ ਤੇ ਅਕਾਲੀਆਂ ਨੂੰ ਵੀ ਮਜਬੂਰਨ ਉੱਤੇ ਮਤਲਬ ਹੱਕ ਚ ਵੋਟ ਪਾਉਣੀ ਪਈ ਸੀ ਪੰਜਾਬ ਅਸੈਂਬਲੀ ਦੀਆਂ ਗੱਲਾਂ ਨੇ ਤਾਂ ਹੁਣ ਫੇਰ 5 ਸਾਲ ਉਹਨਾਂ ਦੀ ਸਰਕਾਰ ਨੂੰ ਹੋ ਗਿਆ ਹੁਣ ਪਾਣੀ ਦਾ ਮੁੱਦਾ ਕਿੱਥੇ ਗਿਆ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਕਿੱਥੇ ਗਿਆ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਜਿਹੜਾ ਆ ਉਹ ਕੇਂਦਰ ਦੇ ਦੀ ਲੈਂਡ ਨੂੰ ਫਿਰਦੇ ਆ ਸੈਨੇਟ ਤੇ ਸਿੰਡੀਕੇਟ ਦੀ ਹੈ ਮੈਮਰੀ ਘਟਾ ਰਹੇ ਆ ਜਿਹੜੇ ਮੁਕਸਰਵਾਲ ਦੇ ਕਾਲਜਸ ਨੇ ਫਰੀਦਕੋਟ ਦੇ ਕਾਲਜੋ ਕਹਿੰਦੇ ਉਹਨਾਂ ਦਾ ਕੋਈ ਸਬੰਧ ਨਹੀਂ ਬਈ ਜਿਹੜੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕਾਲਜ ਆ ਉਹ ਹੁਣ ਤੋੜੇ ਜਾ ਰਹੇ ਨੇ ਮੁਕਸਰ ਮਲੋਟ ਵਾਲੇ ਪਾਸੇ ਦੇ ਫਰੀਦਕੋਟ ਵਾਲੇ ਉਹ ਕਹਿੰਦੇ ਆ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜਸ ਨੇ ਅਫੀਲੀਏਟਿਡ ਨੇ ਰੋਪੜ ਵਾਲੇ ਉਹਨਾਂ ਨੂੰ ਜੋੜੋ ਬਈ ਜਿਹੜੇ ਪੈਰੀਫਰੀ ਚ ਆਉਂਦੇ ਹੈਗੇ ਹਨਾ ਸੋ ਉਹ ਮੁੱਦੇ ਕਿੱਥੇ ਗਏ ਤੇ ਜਿੱਦਣ ਦੇ ਕੇਸਰੀਵਾਲ ਹੁਣੀ ਫੇਰੀ ਲੱਗ ਗਏ ਆ ਪੰਜਾਬ ਦੀ ਉਦਣ ਦਾ ਤਾਂ ਜ਼ਿਆਦਾ ਹੀ ਵਿਰੋਧ ਹੋ ਰਿਹਾ ਉਦਣ ਦਾ ਜ਼ਿਆਦਾ ਹੁਣ ਅਨਮੋਲ ਗਗਨ ਤੇ ਆਪਾਂ ਆਉਂਦੇ ਆਂ ਵੀ ਹੁਣ ਗਲਤਾਂ ਅਨਮੋਲ ਗਗਨ ਨੇ ਚਲੋ ਕੁਝ ਕਹਿਤਾ ਮੁੜ ਕੇ ਮਾਫੀ ਵੀ ਮੰਗ ਲਈ ਹੂੰ ਹੁਣ ਉਹ ਰੌਲਾ ਰੱਪਾ ਮੁੱਦਾ ਤਾਂ ਹੋਰ ਕੋਈ ਨਹੀਂ ਮੁੱਦਾ ਤਾਂ ਇਹ ਹੋਣਾ ਚਾਹੀਦਾ ਵੀ ਨਸ਼ਿਆਂ ਦਾ ਮੁੱਦਾ ਹੋਣਾ ਚਾਹੀਦਾ ਬੇਰਜ਼ਗਾਰੀ ਦਾ ਮੁੱਦਾ ਹੋਣਾ ਚਾਹੀਦਾ ਮੈਡੀਕਲ ਮੈਡੀਕਲ ਸੇਵਾਵਾਂ ਦਾ ਮੁੱਦਾ ਹੋਣਾ ਚਾਹੀਦਾ ਐਜੂਕੇਸ਼ਨ ਟੂ ਆਲ ਹੋਣਾ ਚਾਹੀਦਾ ਠੀਕ ਹੈ ਘਟੋ ਘਟ ਸਕੂਲ ਐਜੂਕੇਸ਼ਨ ਹੀ ਫ੍ਰੀ ਕਰ ਦੇਣਾ ਬਿਲਕੁਲ ਤੇ ਆਪਣੀਆਂ ਜਦੋਂ ਸਿਆਸਤਦਾਨ ਆਪਣੇ ਭੱਤੇ ਵਧਾਉਣੇ ਹੁੰਦੇ ਆ ਮੰਤਰੀਆਂ ਐਮ ਐਲ ਏ ਸ ਨੇ ਉਹ ਤਾਂ ਦਵਦਵ ਸੱਤ ਸੱਤ ਪੈਨਸ਼ਨਾਂ ਲੈ ਰਹੇ ਆ ਚਾਰ ਚਾਰ ਪੈਨਸ਼ਨਾਂ ਲੈ ਰਹੇ ਆ ਲੋਕਾਂ ਨੂੰ ਅਧਿਆਪਕਾਂ ਨੂੰ ਕੋਈ ਪੈਨਸ਼ਨ ਨਹੀਂ ਐ ਜਿਹੜੇ ਮੁਲਾਜ਼ਮਾ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਡੀਏ ਉਹਨਾਂ ਕਾ ਵਧਾਉਂਦੇ ਆ ਪਹਿਲਾਂ ਤਾਂ ਮਿੰਤਾ ਤਰਲਿਆਂ ਨਾ ਵਧਾਉਂਦੇ ਆ ਫਿਰ ਉਹਨਾਂ ਕ ਵੀ ਜਿਹਦਾ ਕੋਈ ਜਿਹਦਾ ਕੋਈ ਵਧਾਇਆ ਨਾਮ ਦਾ ਇੱਕ ਬਰਾਬਰ ਹੁੰਦਾ ਠੀਕ ਹੈ ਜਿਹੜਾ ਡੀਅਰਨੈਸ ਅਲਾਉਂਸ ਆ ਮਹਿੰਗਾਈ ਪਤਾ ਆ ਮਹਿੰਗਾਈ ਤਾਂ ਛਾਲਾ ਮਾਰਦੀ ਵੱਧ ਰਹੀ ਆ ਪਿਛਲੇ ਦੋ ਤਿੰਨਾਂ ਮਹੀਨਿਆਂ ਦੇ ਵਿੱਚ ਜਿਹੜਾ 40 ਵਾਰੀ ਤੇਲ ਦੀਆਂ ਕੀਮਤਾਂ ਵਧ ਗਈਆਂ ਤੇ ਜਿਹੜਾ ਮਹਿੰਗਾਈ ਪੱਤਾ ਤੋਂ ਉਸ ਹਿਸਾਬ ਨਾਲ ਨਹੀਂ ਦਿੰਦੇ ਫਿਰ ਕਿੰਨੇ ਚਿਰ ਬਾਅਦ ਮਿਲਦਾ ਹੈਗਾ ਹਨਾ ਫਿਰ ਪੇ ਕਮਿਸ਼ਨ ਤੋਂ ਤੁਸੀਂ ਦੇਖ ਲਓ ਭਈ ਜਿਹੜਾ ਹੁਣ ਪੇ ਕਮਿਸ਼ਨ ਦੇ ਖਿਲਾਫ ਡਾਕਟਰਾਂ ਨੇ ਪਹਿਲਾਂ ਸੋਮਵਾਰ ਤੋਂ ਬੁੱਧਵਾਰ ਤੱਕ ਹੜਤਾਲ ਸੀ ਕੱਲ ਵੀਰਵਾਰ ਵੀ ਹੜਤਾਲ ਤੇ ਰਹੇ ਅੱਜ ਵੀ ਹੜਤਾਲ ਤੇ ਨੇ ਅਨਮੋਲ ਗਗਨਮਾਨ ਸੌਰੀ ਅਨਮੋਲ ਗਗਨਮਾਨ ਨੇ ਸਵਿਧਾਨ ਬਾਰੇ ਕਹਿਤਾ ਉਹ ਮਾੜੀ ਗੱਲ ਆ ਪਰ ਮੁੱਦੇ ਜਿਹੜੇ ਆ ਉਹ ਫੋਰਟ ਹੋਣੇ ਚਾਹੀਦੇ ਆ ਚਾਹੇ ਉਹ ਅਕਾਲੀ ਆ ਚਾਹੇ ਬਸਪਾ ਵਾਲੇ ਆ ਚਾਹੇ ਕਾਂਗਰਸ ਵਾਲੇ ਆ ਜਿਨ੍ਹਾਂ ਮੁੱਦਿਆਂ ਦੀ ਲੋਕ ਗੱਲ ਕਰ ਰਹੇ ਆ ਜਿਨ੍ਹਾਂ ਮੁੱਦਿਆਂ 'ਤੇ ਲੋਕ ਦਿੱਲੀ ਦੀਆਂ ਬਰੂਹਾ ਮੰਦਲ ਕੇ ਬੈਠੇ ਨੇ ਮੁੱਦੇ ਉੱਚਕਣੇ ਚਾਹੀਦੇ ਆ ਇੱਕ ਇੰਟਰਵਿਊ ਦੇ ਦੌਰਾਨ ਉੱਥੇ ਕਾਫੀ ਜ਼ਿਆਦਾ ਮੀਡੀਆ ਸੀਗਾ ਤੇ ਅਨਮੋਲ ਗਗਨਮਾਨ ਦੇ ਮੂੰਹੋਂ ਨਿਕਲ ਜਾਂਦਾ ਕਿ ਕੇਜਰੀਵਾਲ ਹੁਣੀ 600 ਯੂਨਿਟ ਜਿਹੜੀ ਆ ਬਿਜਲੀ ਮੁਫਤ ਕਰਨਗੇ ਫੇ ਸਾਰੇ ਉਹਨਾਂ ਨੂੰ ਚੇਤਾ ਕਰਾਉਂਦੇ ਨੇ ਨਹੀਂ 300 ਹੋਏਗੀ 300 ਹੋਏਗੀ ਹਾਂਜੀ ਹਾਂਜੀ ਫਿਰ ਮੋਰਿਓਂ ਜਵਾਬ ਵਿੱਚ ਕਹਿੰਦੇ ਨੇ ਮੈਂ 2 ਮਹੀਨਿਆਂ ਦੀ ਗੱਲ ਕਰ ਰਹੀ ਆ ਕਿਤੇ ਨਾ ਕਿਤੇ ਅਨਮੋਲ ਗਗਨਮਾਨ ਨੂੰ ਹੱਲੇ ਰਾਜਨੀਤੀ ਸਿੱਖਣ ਦੀ ਲੋੜ ਹੈ ਦੇਖੋ ਬਿਲਕੁਲ ਸਿੱਖਣ ਦੀ ਲੋੜ ਆ ਪਹਿਲੀ ਗੱਲ ਤੇ ਆ ਵੀ ਸੰਜਮ ਬੋਲ ਚਾਲ ਦੇ ਵਿੱਚ ਉਹਨਾਂ ਨੂੰ ਸੰਜਮ ਲਿਆਉਣਾ ਚਾਹੀਦਾ ਹਮ ਆਪਣਾ ਭਾਸ਼ਣ ਦੇ ਵੇਲੇ ਸੰਜਮ ਵਰਤਣਾ ਚਾਹੀਦਾ ਕਿੱਥੇ 300 ਯੂਨਿਟ ਕਿੱਥੇ 600 ਯੂਨਿਟ ਠੀਕ ਹੈ ਤੇ ਫਿਰ 600 ਤੋਂ ਇਹ ਕਹਿ ਦੇਣਾ ਵੀ ਉਹ ਮੈਂ 2 ਮਹੀਨਿਆਂ ਦਾ ਕਿਹਾ ਸੀ ਇਹ ਤਾਂ ਝੂਠ ਬੋਲਣ ਦੇ ਤੋ ਲੈਣਾ ਤੇ ਸਬਦਾਨ ਸੰਬੰਧੀ ਜਿਹੜੀ ਟਿੱਪਣੀ ਹੈ ਉਹ ਬਿਲਕੁਲ ਨਾ ਬਰਦਾਸ਼ਤ ਕਰਨਯੋਗ ਟਿੱਪਣੀਆਂ। ਹੂੰ। ਦੇਸ਼ ਸੰਵਿਧਾਨ ਦੇ ਸਿਰ ਤੇ ਚੱਲਦਾ। ਸਰਕਾਰਾਂ ਸੰਵਿਧਾਨ ਦੇ ਸਿਰ ਤੇ ਚੱਲਦੀਆਂ। ਠੀਕ ਹੈ। ਅਸੀਂ ਤੁਸੀਂ ਜੋ ਬੋਲਣ ਦੀ ਆਜ਼ਾਦੀ ਆ ਇਸ ਸਟੂਡੀਓ ਦੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਹਾਂ। ਜਦ ਸੁਪਰੀਮ ਕੋਰਟ ਵੀ ਸਾਡੀ ਡਿਫੈਂਸ ਤੇ ਆਉਂਦੀ ਆ ਵੀ ਕੋਈ ਬੰਦਾ ਜਿਹੜਾ ਵਿਰੋਧੀ ਪੱਖ ਆ, ਉਹਦੇ ਲਈ ਦੇਸ਼thro ਦਾ ਕਾਨੂੰਨ ਨਹੀਂਗਾ। ਵੇ ਸਰਕਾਰਾਂ ਦਾ ਵਿਰੋਧ ਦਾ ਮਤਲਬ ਦੇਸ਼த்ਰੋਹ ਹੋਣਾ ਦੇਸ਼த்ਰੋਹੀ ਨਹੀਂ ਹੁੰਦਾ ਉਹ ਤਾਂ ਆ ਉਸੇ ਕਰਕੇ ਆਪਾਂ ਬੈਠੇ ਆ ਗੱਲ ਕਰ ਰਹੇ ਆ ਠੀਕ ਹੈ ਆਪਾਂ ਖੁੱਲ ਕੇ ਕਿਸੇ ਵਿਸ਼ੇ ਤੇ ਗੱਲ ਕਰ ਸਕਦੇ ਆ ਸਰਕਾਰ ਦੀ ਆਲੋਚਨਾ ਕਰ ਸਕਦੇ ਆ ਉਹ ਸਾਰਾ ਕੁਝ ਸਾਨੂੰ ਸੰਵਿਧਾਨ ਦੇ ਤਹਿਤ ਮਿਲਿਆ ਦੇਸ਼ ਦੇ ਕਾਨੂੰਨ ਦੇ ਤਹਿਤ ਮਿਲਿਆ ਸੋ ਉਸ ਸੰਵਿਧਾਨ ਬਾਰੇ ਕੋਈ ਟਿੱਪਣੀ ਉਲਟ-ਪੁਲਟ ਤੁਸੀਂ ਕਰੋਗੇ ਤਾਂ ਲੋਕਾਂ ਦਾ ਸੜਕਾਂ ਤੇ ਨਿਤਰਨਾ ਉਹ ਜਿਹੜਾ ਆ ਫਿਰ ਉਹ ਆਮ ਵਰਤਾਰਾ ਹੈਗਾ ਤਾਂ ਅਨਮੋਲ ਗਗਨ ਮਾਨ ਨਾ ਕਹਿੰਦੇ ਆ ਵੀ ਮੈਨੂੰ ਉਹ ਕਹਾਵਤ ਤਾਂ ਨਹੀਂ ਹੁੰਦੀ ਵੀ ਜਦੋਂ ਕਹਿੰਦੇ ਤੁਸੀਂ ਤਾਜ਼ਾ ਤਾਜ਼ਾ ਜਿਹੜਾ ਆ ਕਿਸੇ ਪਾਰਟੀ ਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਵੱਧ ਚੜ ਕੇ ਬਿਆਨਬਾਜ਼ੀ ਕਰਦੇ ਹੋ ਤਾਂ ਤੁਸੀਂ ਫਿਰ ਘਟੋ ਘਟ ਇਨਾ ਜ਼ਰੂਰ ਸੋਚੋ ਵੀ ਮੈਂ ਕੀ ਕਹਿ ਰਹੀ ਆ ਤੇ ਮੈਨੂੰ ਕੀ ਕਹਿਣਾ ਚਾਹੀਦਾ ਕੀ ਨਹੀਂ ਕਹਿਣਾ ਚਾਹੀਦਾ ਤੁਸੀਂ ਬਿਲਕੁਲ ਦਰبار صاحب खुदाई ਹੋ ਰਹੀ ਸੀ ਜੀ ਉੱਥੇ ਕੋਈ ਗੱਲਬਾਤ ਹੋ ਗਈ ਉਹ ਦੱਸੋ ਕੀ ਹੋਈ ਹੈ ਅ ਅਸਲ ਚ ਨਾ ਕੱਲ ਜਿਹੜਾ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਸਕਤਰੀ ਤਾ ਜੀ ਉਹਦੇ ਨੇੜੇ ਨਾ ਸੰਗਤਾਂ ਦੀ ਸਹੂਲਤ ਲਈ ਜੋੜਾ ਘਰ ਤੇ ਦੋ ਪਹੀਆ ਵਾਹਨ ਸਕੂਟਰ ਮੋਟਰਸਾਈਕਲਾਂ ਲਈ ਨਾ ਪਾਰਕਿੰਗ ਬਣਾਉਣ ਲਈ ਉਹਦੇ ਪਿਛਲੇ ਬੰਨੇ ਥਾਂ ਪਟਿਆ ਜਾ ਰਿਹਾ ਸੀ ਜੀ ਪੂਰੀ ਵਾਲੇ ਸੰਤਾਂ ਜਿਹੜੇ ਓਕਾਰ ਸੇਵਾ ਕਰ ਰਹੇ ਆ ਤੇ ਅਸਲ ਚ 10 12 ਫੁੱਟ ਜਦੋਂ ਖਦਾਈ ਹੁੰਦੀ ਆ ਤੇ ਕੋਈ ਸੰਗ ਟਾਈਪ ਕੋਈ ਚੀਜ਼ ਅਮਾਰਤ ਨਿਕਲ ਆਉਂਦੀ ਆ ਅੱਛਾ ਜੀ ਤੇ ਉਹ ਉਹਦੀ ਪ੍ਰਵਾਹ ਨਹੀਂ ਕਰਦੇ ਐਡੇ ਪਟਾਈ ਚਾਰੀ ਆ ਠੀਕ ਆ ਬਲਡوزر ਲੱਗੇ ਹੋਏ ਆ ਜੀ ਤਾਂ ਸਤਿ ਭਾਵਨਾ ਦਲ ਦੇ ਕਾਰਕੁਨ ਉੱਥੇ ਆ ਜਾਂਦੇ ਆ ਹੂੰ ਭਾਈ ਬਲਦੇਵ ਸਿੰਘ ਬਡਾਲਾਹਰੀ ਉੱਥੇ ਆ ਜਾਂਦੇ ਆ ਤੇ ਉਹ ਵਿਰੋਧ ਕਰਦੇ ਆ ਵੀ ਦੇਖੋ ਤੁਸੀਂ ਜਿਹੜੀ ਕੋਈ ਇਤਿਹਾਸਕ ਚੀਜ਼ਾਂ ਨੇ ਜਾਂ ਜਿਹੜੀਆਂ ਪ੍ਰਾਤਤਵ ਵਿਭਾਗ ਨਾਲ ਸੰਬੰਧਿਤ ਚੀਜ਼ਾਂ ਆ ਤੁਸੀਂ ਉਹਨਾਂ ਨੂੰ ਵੀ ਤਹਸਨਸ ਕਰੀ ਜਾਂਦੇ ਹੋ ਹਮ ਕਿਤੇ ਕਿਤੇ ਤੁਹਾਨੂੰ ਪਤਾ ਵੀ ਗੁਰਦੁਆਰਿਆਂ ਦੀ ਸਾਮ ਸੰਭਾਲ ਲਈ ਜਾਂ ਉਹਨਾਂ ਦੀ ਮੁਰਦਾ ਸਾਰੀ ਲਈ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਵੀ ਕਾਰ ਸੇਵਾ ਵਾਲਿਆਂ ਵੱਲੋਂ ਖਤਮ ਕੀਤੀਆਂ ਜਾ ਰਹੀਆਂ ਜੀ ਆਪਾਂ ਨੂੰ ਪਤਾ ਹੋਣਾ ਵੀ ਹਾਲੇ ਬਹੁਤਾ ਚਿਰ ਨਹੀਂ ਹੋਇਆ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਜਿਹੜੀ ਦਰਸ਼ਨੀ ਜੋੜੀ ਆ ਉਹ ਕਾਰ ਸੇਵਾ ਵਾਲਿਆਂ ਨੇ ਤੋੜਨੀ ਸ਼ੁਰੂ ਕਰ ਦਿੱਤੀ ਸੀ ਫਿਰ ਵਿਰੋਧ ਹੋਣ ਤੋਂ ਬਾਅਦ ਉਹ ਉਹਨੂੰ ਜਿਹੜਾ ਬੰਦ ਕੀਤਾ ਢਾਉਣਾ ਇਸੇ ਤਰ੍ਹਾਂ ਜੇ ਥੱਲਿਓਂ ਕੋਈ ਚੀਜ਼ ਨਿਕਲਦੀ ਹੈ ਤਾਂ ਉਹ ਉਹ ਮਤਲਬ ਇੱਕ ਤਰ੍ਹਾਂ ਦਾ ਇਤਿਹਾਸ ਹੋਏਗਾ ਹਨਾ ਸੁਰੰਗ ਹੈ ਕਿੱਧਰੋਂ ਕਿੱਧਰ ਨੂੰ ਜਾਂਦੀ ਆ ਹੋ ਸਕਦਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਬੀਲੇ ਦੀ ਹੋਵੇ ਕੋਈ ਮੁਗਲਾਂ ਦੇ ਬੀਲੇ ਦੀ ਹੋਵੇ ਕੋਈ ਉਹਦੀ ਇਤਿਹਾਸਕ ਪ੍ਰਸੰਗਿਕਤਾ ਹੋ ਸਕਦੀ ਆ ਕੋਈ ਪ੍ਰਤਤਬ ਜਿਹੜਾ ਆ ਵਿਭਾਗ ਅਨਸਾਰ ਉਹ ਕੋਈ ਬਹੁਤ ਬੇਸ਼ਕੀਮਤੀ ਚੀਜ਼ ਹੋ ਸਕਦੀ ਆ ਸੋ ਉੱਥੇ ਵਿਰੋਧ ਵੀ ਹੋਇਆ ਰੌਲਾ ਰੱਪਾ ਵੀ ਹੋਇਆ ਪਿਆ ਫਿਰ ਐਸ ਡੀ ਐਮ ਮੌਕੇ ਤੇ ਆਉਂਦੇ ਆ ਤਾਂ ਉਹ ਫਿਰ ਜਿਹੜਾ ਉਹ ਤੋੜਪੰਨ ਜਿਹੜੀ ਆ ਪਟਾਈ ਜਿਹੜੀ ਆ ਉਹ ਰੁਕਵਾ ਕੇ ਜਾਂਦੇ ਆ ਤੇ ਹੁਣ ਅੱਗੇ ਆਪਾਂ ਦੇਖਦੇ ਹੈਗੇ ਆ ਜੀ ਦੇਖੋ ਕਾਰ ਸੇਵਾ ਹੋਣੀ ਚਾਹੀਦੀ ਆ ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਜਿਹੜੀਆਂ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨੇ ਗੁਰੂ ਸਾਹਿਬਾਨ ਦੇ ਵੇਲੇ ਦੀਆਂ ਕੋਈ ਰੁਖ ਹੈ ਕੋਈ ਹੋਰ ਚੀਜ਼ ਹੈ ਉਹ ਐਜ਼ ਇਟ ਇਜ਼ ਰਹਿਣੀ ਚਾਹੀਦੀ ਆ ਇਹ ਨਹੀਂ ਕਿ ਸੰਗਮਰਮਰ ਦੇ ਨਾਂ ਤੇ ਤੁਸੀਂ ਇਤਿਹਾਸ ਨੂੰ ਹੀ ਜਿਹੜਾ ਆ ਉਹ ਥੱਲੇ ਨੱਪਦੇ ਹੋ ਜੀ ਬਿਲਕੁਲ ਤੁਸੀਂ ਪ੍ਰੋਗਰਾਮ ਚਾਏ ਚਰਚਾ ਕੀਤੀ ਖਬਰਾਂ ਦੇ ਉੱਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ प्यारे दर्शकों ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬਰुण ਕੌਰ ਮਾਨ ਨੂੰ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ دیਉ ਆਗਿਆ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਸੀਟੀਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਸਤ੍ਰਿਕਾ